ਸਾਡੇ ਤੇ ਵੀ ਕੋਈ ਬਖਸ਼ਿਸ਼ ਰਹਿਮਤ ਹੋਵੇਗੀ ਕਿ ਨਹੀਂ, ਆਪਾਂ ਵੀ ਉਸ ਪੌੜੀ ਦੇ ਕਿਸੇ ਡੰਡੇ ਨੂੰ ਪਕੜਿਆ ਕਿ ਨਹੀਂ, ਉਹ ਇੱਕ ਦੋ ਡੰਡੇ ਆਪਾਂ ਵੀ ਚੜੇ ਆ ਕਿ ਨਹੀਂ, ਜੇ ਥੱਲੇ ਹੀ ਫਿਰਦੇ ਆ ਪੌੜੀ ਦੇ ਨੇੜੇ ਵੀ ਨਹੀਂ ਗਏ, ਜੇ ਹੁਣ ਤੱਕ ਨਹੀਂ ਉਹ ਪੌੜੀ ਨਹੀਂ ਲੱਭੀ, ਪੌੜੀ ਦਾ ਡੰਡੇ ਦਾ ਨਹੀਂ ਪਤਾ, ਇੱਕ ਡੰਡਾ ਵੀ ਨਹੀਂ ਚੜੇ, ਤਾਂ ਅੱਜ ਯਤਨ ਕਰੀਏ ਆਪਾਂ ਉਸ ਪੌੜੀ ਨੂੰ ਪਕੜਨ ਦਾ ਤੇ ਚੜਨ ਦਾ। ਸੋ ਉਹ ਕਿਹੜੇ ਪੌੜੀ ਹੈ? ਉਹ ਖਾਲਸਾ ਜੀ ਧਰਮ ਕੀ ਪੌੜੀ, ਧਰਮ ਕੀ ਪੌੜੀ, ਹੋਰ ਕੋਈ ਪੌੜੀ ਨਹੀਂ, ਰੱਬ ਦੇ ਪਿਆਰਿਆਂ ਨੂੰ ਧਰਮ ਦੀ ਪੌੜੀ ਪ੍ਰਾਪਤ ਹੋਈ ਹੈ। ਜਿਸ ਪੌੜੀ ਰਾਹੀਂ ਸੱਚਖੰਡ ਤੱਕ ਪੁੱਜਣਾ ਹੈ, ਜਿੱਥੇ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖਿਆ ਨਦਰ ਨਿਹਾਲ। ਸੋ ਪਹਿਲਾ ਡੰਡਾ ਕਿਹੜਾ ਹੈ? ਆਪਣਾ ਜੀਵਨ ਆਪਾਂ ਅੱਜ ਪੜਚੋਲਣਾ ਵਿਚਾਰਨਾ ਹੈ। ਪਹਿਲਾ ਡੰਡਾ ਹੈ ਕਿ ਮਨ ਵਿਚ ਸ਼ੁਭ ਇੱਛਾ ਪੈਦਾ ਹੋਣੀ, ਮੈਂ ਮਹਾਤਮਾ ਦੇ ਦਰਸ਼ਨ ਕਰਾਂ, ਮੈਂ ਤੀਰਥ ਯਾਤਰਾ ਕਰਾਂ, ਮੈਂ ਕੋਈ ਪੁੰਨ ਦਾਨ ਕਰਾਂ, ਮੈਂ ਆਪਣਾ ਜੀਵਨ ਉੱਚਾ ਬਣਾਵਾਂ, ਇਹ ਸ਼ੁਭ ਇੱਛਾ ਚਿੱਤ ਵਿਚ ਹੋਣੀ। ਸੰਗਤਾਂ ਦੇ ਦਰਸ਼ਨ ਹੋਣ, ਮੈਂ ਸੰਗਤ ਦੇ ਜੋੜੇ ਝਾੜਾਂ, ਮੈਂ ਜੂਠੇ ਭਾਂਡੇ ਮਾਂਜਾਂ, ਮੈਂ ਧਰਮ ਦੀ ਕਿਰਤ ਵਿਚੋਂ ਗੁਰੂ ਅਰਜਨ ਸਾਹਿਬ ਦਾ ਪਵਿੱਤਰ ਸਰੋਵਰ ਬਣ ਰਿਹਾ ਉੱਥੇ ਕੋਈ ਸੇਵਾ ਕਰਾਂ, ਇਹ ਸ਼ੁਭ ਇੱਛਾ ਮਨ ਵਿਚ ਪੈਦਾ ਹੋਣੀ, ਚੰਗਾ ਸੰਕਲਪ ਮਨ ਵਿਚ ਪੈਦਾ ਹੋਣਾ, ਇਹ ਪਹਿਲਾ ਡੰਡਾ। ਇਹ ਵੀ ਕਿਸੇ ਭਾਗਾਂ ਵਾਲੇ ਨੂੰ ਸੰਕਲਪ ਫੁਰਦੇ ਹੈ, ਨਹੀਂ ਤਾਂ ਸ਼ਰਾਬ, ਕਬਾਬ, ਚੋਰੀ, ਯਾਰੀ, ਠੱਗੀ, ਕੁਰੀਤੀਆਂ, ਬਲ ਫੈਲੀਆਂ ਵੱਲ ਹਰ ਮੌਕੇ ਤੇ ਮਨ ਭੜਕਦਾ ਰਹਿੰਦਾ ਹੈ, ਕੁਰੀਤੀਆਂ ਵਾਲੇ ਪਾਸੇ ਰੁੜਿਆ ਰਹਿੰਦਾ ਹੈ। ਸੋ ਇਹ ਪਹਿਲਾ ਡੰਡਾ ਹੈ। ਜਦੋਂ ਚਿੱਤ ਵਿਚ ਇਹ ਵਿਚਾਰ ਆ ਜਾਣੀ, ਜਦੋਂ ਐਸੀ ਵਿਚਾਰ ਚਿੱਤ ਵਿਚ ਆਵੇ, ਫਿਰ ਪਾਪ, ਔਗੁਣ, ਕੁਰੀਤੀਆਂ ਤਾਂ ਦੂਰ ਹੋਈਆਂ, ਉਹਨਾਂ ਸਾਰੀਆਂ ਦਾ ਤਿਆਗ ਹੋਇਆ, ਇਹ ਹੈ ਪਹਿਲਾ ਡੰਡਾ। ਸੋ ਵਿਚਾਰਨਾ ਦੂਸਰਾ ਡੰਡਾ ਹੈ। ਸੋ ਇਹ ਵਿਚਾਰ ਚਿੱਤ ਵਿਚ ਕਰਨੀ, ਇੰਨਾ ਸਮਾਂ ਹੋ ਗਿਆ ਮੈਨੂੰ ਜੰਮੇ ਨੂੰ, ਇੰਨੀ ਉਮਰ ਮੇਰੀ ਗੁਜ਼ਰ ਗਈ, ਇੰਨਾ ਸਮਾਂ ਸੰਗਤ ਕਰਦੇ ਨੂੰ ਹੋ ਗਿਆ, ਮੇਰੇ ਵਿਚੋਂ ਭਲਾ ਕਿੰਨੇ ਔਗੁਣ ਦੂਰ ਹੋਏ ਨੇ, ਮੈਂ ਕਿੰਨੇ ਗੁਣ ਗ੍ਰਹਿਣ ਕੀਤੇ ਨੇ, ਮੇਰੇ ਅੰਦਰੋਂ ਕਿੰਨੀਆਂ ਕੁਰੀਤੀਆਂ ਮਿਟੀਆਂ ਨੇ, ਮੈਂ ਕਿੰਨੇ ਸੁਭ ਗੁਣਾਂ ਨੂੰ ਧਾਰਨ ਕੀਤਾ ਹੈ, ਮੇਰਾ ਮਨ ਕਿੰਨਾ ਏਕਾਗਰ ਹੈ ਤੇ ਕਾਬੂ ਵਿਚ ਹੈ, ਮੈਂ ਕੋਈ ਪਰਉਪਕਾਰ ਕੀਤਾ ਜੋ ਜੰਮਿਆ, ਕੋਈ ਨੇਕੀ, ਕੋਈ ਭਲਿਆਈ, ਕੋਈ ਚੰਗਾ ਕੰਮ ਮੇਰੇ ਤੋਂ ਹੁਣ ਤੱਕ ਕੋਈ ਹੋਇਆ ਵੀ ਹੈ ਕਿ ਨਹੀਂ, ਜਿੰਨੇ ਮੇਰੇ ਕੋਲ ਪਾਪ ਉਪਦਰਵ ਹੋਏ ਨੇ, ਮੈਂ ਉਹਨਾਂ ਦਾ ਕੋਈ ਪ੍ਰਾਸ਼ਚਿਤ ਕੀਤਾ ਹੈ, ਕਿ ਮੈਂ ਉਹਨਾਂ ਦੀ ਮੁਆਫੀ ਵਾਸਤੇ ਕੋਈ ਯਤਨ ਕੀਤਾ ਹੈ, ਜੇ ਨਹੀਂ ਕੀਤਾ ਤਾਂ ਕਰਾਂ। ਸੋ ਔਗੁਣਾਂ ਦਾ ਤਿਆਗ ਕਰਨ ਦਾ ਖਿਆਲ ਔਰ ਸੁਭ ਗੁਣਾਂ ਨੂੰ ਹਿਰਦੇ ਵਿਚ ਗ੍ਰਹਿਣ ਕਰਨ ਦੀ ਜਿਹੜੀ ਇੱਛਾ ਹੈ, ਇਹ ਸੋਹਣੀ ਵਿਚਾਰ, ਇਹ ਦੂਸਰਾ ਡੰਡਾ। ਦੂਸਰਾ ਡੰਡਾ ਆਪਾਂ ਵੀ ਆਪਣੇ ਚਿੱਤ ਵਿਚ ਵਿਚਾਰਨਾ ਹੈ। ਆਪਾਂ ਕਈ ਸਾਲਾਂ ਤੋਂ ਲੈ ਕੇ ਲਗਾਤਾਰ ਇੱਥੇ ਆ ਰਹੇ ਹਾਂ ਜੋੜ ਮੇਲੇ ਤੇ, ਆਪਾਂ ਵਿਚਾਰੀਏ ਆਪਣਾ ਜੀਵਨ ਅੱਗੇ ਨਾਲੋਂ ਕਿੰਨਾ ਸੁਧਰਿਆ, ਕਿੰਨਾ ਆਪਾਂ ਤਰੱਕੀ ਕੀਤੀ ਹੈ, ਕੀ ਗੁਣ ਗ੍ਰਹਿਣ ਕੀਤੇ ਨੇ। ਆਪਾਂ ਸਾਲ ਮਗਰੋਂ ਇੱਕ ਹੀ ਔਗੁਣ ਇੱਥੇ ਛੱਡ ਜਾਇਆ ਕਰੀਏ, ਇੱਕ ਗੁਣ ਹੀ ਲੈ ਜਾਇਆ ਕਰੀਏ, ਸਾਲ ਵਿਚ ਇੱਕ ਗੁਣ ਬਹੁਤੇ ਨਾ ਸਹੀ, ਪੰਜ ਦਸ ਬਹੁਤੇ ਨਾ ਸਹੀ, ਇੱਕ ਹੀ ਔਗੁਣ ਛੱਡ ਜਾਇਆ ਕਰੀਏ, ਜੇ ਬਹੁਤੇ ਛੱਡਣ ਦਾ ਵੀ ਹੀਆ ਨਹੀਂ, ਜੇ ਇਹ ਗੰਦ ਪਿੱਲ ਸਾਡੇ ਗਲੋਂ ਲਾਉਣ ਦਾ ਵੀ ਸਾਡੇ ਵਿਚ ਬਲ ਨਹੀਂ ਤੇ ਹੀਆ ਨਹੀਂ, ਤਾਂ ਇੱਕ ਪਾਪ ਹੀ ਛੱਡ ਜਾਇਆ ਕਰੀਏ, ਇੱਕ ਗੁਣ ਹੀ ਗ੍ਰਹਿਣ ਕਰ ਜਾਇਆ ਕਰੀਏ, ਵੱਡੀ ਦਾਤ ਮਿਲ ਜਾਵੇਗੀ, ਵੱਡਾ ਖਜ਼ਾਨਾ ਕਦੇ ਪ੍ਰਾਪਤ ਹੋ ਜਾਵੇਗਾ, ਬਲਾਮਤਾਂ ਦੂਰ ਹੋ ਜਾਣਗੀਆਂ। ਜੇ ਅਸੀਂ ਨਹੀਂ ਕਰ ਸਕਦੇ ਆਪੋ, ਤਾਂ ਬੇਨਤੀ ਕਰੀਏ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ, ਸੱਚੇ ਪਾਤਸ਼ਾਹ, ਕਾਮ, ਕ੍ਰੋਧ, ਲੋਭ, ਝੂਠ, ਨਿੰਦਾ, ਇਨ ਤੇ ਆਪ ਛੁਡਾਵੋ, ਇਹ ਪੀਤਲ ਤੇ ਇਨ ਕੋ ਡਾਰੋ, ਆਪਣੇ ਨਿਕਟ ਬੁਲਾਵੋ, ਆਪਣੀ ਵਿਧ ਆਪ ਜਣਾਵੋ, ਆਪਣੀ ਪ੍ਰਾਪਤੀ ਦੀ ਵਿਧੀ, ਯੁਕਤੀ, ਤੰਗ ਤਰੀਕਾ ਸੱਚੇ ਪਾਤਸ਼ਾਹ ਆਪ ਸਾਨੂੰ ਦੱਸੋ। ਸੋ ਗੁਰੂ ਪਿਆਰੋ, ਇਹ ਦੂਸਰਾ ਡੰਡਾ ਹੈ। ਸੰਤ ਕਾ ਮਾਰਗ, ਧਰਮ ਕੀ ਪੌੜੀ, ਉਹ ਵੱਡ ਭਾਗੀ ਪਾਰ। ਹੁਣ ਤੀਸਰਾ ਡੰਡਾ ਆਪਾਂ ਚੜ ਕੇ ਵੇਖੀਏ, ਉਹ ਹੈ ਤਨੂ ਮਾਨਸਾ। ਤਨੂ ਮਾਨਸਾ ਦਾ ਭਾਵ ਹੈ ਵਾਸ਼ਨਾ ਮਿਟਣੀਆਂ, ਦੁਨਿਆਵੀ ਖਾਹਿਸ਼ਾਂ ਦਾ ਤਿਆਗ ਕਰਨਾ। ਹਰੇਕ ਦੇ ਚਿੱਤ ਵਿਚ ਇਹ ਖਿਆਲ ਬਣਿਆ ਰਹਿੰਦਾ ਹੈ ਕਿ ਮੇਰੀ ਪ੍ਰਭਤਾ ਹੋਵੇ, ਜਸ ਹੋਵੇ, ਧਨ ਪਦਾਰਥ ਬਹੁਤਾ ਹੋਵੇ, ਧੀਆਂ ਪੁੱਤਰ ਆਗਿਆਕਾਰੀ ਹੋਣ, ਮੇਰੇ ਮਿੱਤਰ ਦੋਸਤ ਸੰਬੰਧੀ ਬੜੇ ਪਿਆਰੇ ਹੋਣ, ਹਾਕਮਾਂ ਨਾਲ ਮੇਰੀ ਗੱਲ ਬਣੀ ਹੋਵੇ, ਉੱਚਾ ਅਹੁਦਾ ਮੁਰਾਤਬਾ ਰੁਤਬਾ ਮੈਨੂੰ ਪ੍ਰਾਪਤ ਹੋਵੇ, ਮੇਰੇ ਕਾਰਜ ਵਿਚ ਵਿਘਨ ਨਾ ਪਵੇ, ਮੈਨੂੰ ਸੁਖ ਪ੍ਰਾਪਤ ਹੋਵੇ, ਸੋ ਸਾਰੇ ਦੋਸ਼ ਮਿਟਣ। ਤੇ ਹੋਰ ਇੱਕ ਇੱਛਾ ਵੱਡੀ ਹੁੰਦੀ ਹੈ, ਅੰਤ ਨੂੰ ਮੈਨੂੰ ਰੱਬ ਦੀ ਪ੍ਰਾਪਤੀ ਹੋਵੇ। ਗੁਰੂ ਪਿਆਰਿਓ, ਸੋ ਇਹ ਸ਼ੁਭ ਇੱਛਾ ਵੀ ਇਹਦੇ ਵਿਚ ਆਈਆਂ ਨੇ। ਸੋ ਇਸ ਪ੍ਰਕਾਰ ਸ਼ੁਭ ਇੱਛਾ ਸ਼ੁਭ ਵਿਚਾਰ ਨਾਲ ਤਨੂ ਮਾਨਸਾ, ਵਾਸ਼ਨਾ ਜਿਹੜੀਆਂ ਨੇ ਦੁਨਿਆਵੀ, ਸੋ ਇਹਨਾਂ ਖਾਹਿਸ਼ਾਂ ਨੂੰ ਮੇਟਣਾ, ਉਹ ਰੱਬ ਦੇ ਪਿਆਰੇ ਦੀ ਅਵਸਥਾ ਹੈ। ਜਿਨ ਸਰਦਾ ਰਾਮ ਨਾਮ ਲੱਗੀ, ਤਿਨ ਦੂਜਾ ਚਿੱਤ ਨਾ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀ ਜੈ, ਬਿਨ ਨਾਵਾ ਅਵਰ ਨਾ ਪਾਇਆ ਰਾਮ।
दुरियावी पदार्थों से खाश है चित रहनियां उच्चा जीवन बन जाना मन दिया वाशना मिट जानियां। सो इस तरह गुरु प्यारे असतवा पद अगे होंगी है चौथा डंडा चौथा सत स्वरूप ते ज्ञान की प्राप्ति हो जानी। सत स्वरूप ते ज्ञान की प्राप्ति हो जानी एक बड़ी वड्डी गल है। अग्ञान का नेरा दूर हो जाना ज्ञान का प्रकाश इहदे विच हो जाना चौथा डंडा चौथा डंडा। असीं इहनां चौथे डंडे ते चढ़ना कित्थों इह तक तड़के उठ के इशनान ही नहीं कीता कदे बाणी नहीं पढ़ी कदे लितरे भी नहीं कीता कदे चित चका के घंटा दो घंटे वाहिगुरु मंत्र का सिमरन नहीं मूल मंत्र नहीं ਇਹ ਤਾਂ ਗੱਲਾਂ ਕਿਧਰੇ ਰਹੀਆਂ। ਸ਼ਰਾਬ ਹੀ ਨਹੀਂ ਛੱਡ ਸਕੇ ਚੋਰੀ ਯਾਰੀ ਨਹੀਂ ਛੱਡ ਸਕੇ ਗੁਰੂ ਵਾਲੇ ਹੀ ਨਹੀਂ ਬਣੇ ਰਸਤੇ ਪੈ ਕੇ ਤੁਰੇ ਨੀ ਰਾਹ ਲੱਭਾ ਹੀ ਨਹੀਂ ਰਾਹ ਹੀ ਨਹੀਂ ਲੱਭਾ ਸੰਤਾ ਵਾਲਾ ਪੁਰਾ ਹੀ ਪੈ ਫਿਰਦੇ ਰਹੇ ਰਸਤਾ ਮਹਾਤਮਾ ਵਾਲਾ ਪ੍ਰਾਪਤ ਹੀ ਨਹੀਂ ਹੋਇਆ। ਮਹਾਤਮਾ ਵਾਲਾ ਰਸਤਾ ਹੈ ਗੁਰਸਿੱਖ ਮੀਰ ਚਲੋ ਗੁਰ ਚਾਲੀ ਸੁਣਦੇ ਸੀ ਆਪਾਂ ਸ਼ਬਦ ਗੁਰੂ ਕੇ ਸਿੱਖੋ ਗੁਰੂ ਕੀ ਚਾਲੀ ਰੀਤੀ ਮਰਿਆਦਾ ਅਨੁਸਾਰ ਚੱਲੋ ਜੋ ਗੁਰ ਕਹੇ ਸੋਈ ਪਲ ਮੰਨੋ ਜੋ ਸਤਿਗੁਰੂ ਜੀ ਕਹਿੰਦੇ ਨੇ ਉਹਨੂੰ ਭਲਾ ਕਰਕੇ ਮੰਨੋ। ਸਤਿਗੁਰੂ ਜੀ ਕੀ ਕਹਿੰਦੇ ਨੇ ਕਦੇ ਅਸੀਂ ਧਿਆਨ ਨਾਲ ਸੁਣਿਆ ਹੀ ਨਹੀਂ ਸਤਿਗੁਰਾਂ ਤੋਂ ਪੁੱਛਿਆ ਹੀ ਨਹੀਂ ਜੇ ਪੁੱਛੀਏ ਨਾ ਹਜੂਰ ਦੱਸਣ ਕੀ ਸੋ ਅਸੀਂ ਪੁੱਛੀਏ ਗੁਰਦੁਆਰੇ ਸਾਹਿਬ ਆ ਕੇ ਹਜੂਰ ਦੱਸਣਗੇ ਤੀਸਰੇ ਪਾਤਸ਼ਾਹ ਜੀ ਆਓ ਗੁਰੂ ਕੇ ਪਿਆਰੇ ਜੋ ਸਾਡੇ ਪਾਸੋਂ ਪੁੱਛਦੇ ਹੋ ਤਾਂ ਅਸੀਂ ਦੱਸਦੇ ਹਾਂ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਤ ਗੁਰੂ ਪਿਆਰੀ ਸੰਗਤ ਜੀ ਆਪਾਂ ਬੜੀ ਉੱਚੀ ਉਡਾਰੀ ਲਾ ਕੇ ਰੱਬ ਦੇ ਪਿਆਰਿਆਂ ਦੇ ਰਸਤੇ ਨੂੰ ਭਾਲਦੇ ਹੋਏ ਉੱਚੇ ਉੱਚੇ ਡੰਡਿਆਂ ਤੇ ਚੜ ਕੇ ਸੱਚਖੰਡ ਨੂੰ ਜਿਵੇਂ ਪ੍ਰਾਪਤ ਕਰੀਏ ਉਸ ਮਾਰਗ ਦੇ ਰਾਹੀ ਬਣ ਰਹੇ ਸੀ। ਥੋੜਾ ਜਿਹਾ ਵਿਘਨ ਪਿਆ ਕੁਛ ਗੁਰਮੁਖ ਪਿਆਰੀਆਂ ਸੰਗਤਾਂ ਉਤਾਵਲੀਆਂ ਸਨ ਜਾਣਾ ਸੀ ਸ਼ਾਇਦ ਲੰਗਰ ਛਕਣ ਵਾਸਤੇ ਉਹ ਪਹੁੰਚੇ ਨੇ ਬਾਕੀ ਸਾਰੇ ਬਹੁਤ ਚਿੱਤ ਦੀ ਇਕਾਗਰਤਾ ਦੇ ਨਾਲ ਟਿਕੋ ਔਰ ਆਪ ਸਰਵਣ ਕਰੋ। ਇੱਕ ਵਾਰੀ ਚਿੱਤ ਦੀ ਇਕਾਗਰਤਾ ਵਾਸਤੇ ਸਭ ਆਈ ਭਾਈ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਹੋਰ ਇਕਾਗਰਤਾ ਵਾਸਤੇ ਉਹ ਜਿਹੜਾ ਨਾਰਾ ਆਪਾਂ ਨੂੰ ਸ਼ਹੀਦਾਂ ਨੇ ਬਖਸ਼ਿਆ ਪਿਛਲਾ ਸਾਰਾ ਸਾਲ ਆਪਾਂ ਜੋ ਨਾਰਾ ਲਾਉਂਦੇ ਰਹੇ ਆਰੇ ਨਾਲ ਚੀਰੇ ਜਾਣ ਸਮੇਂ ਦੇਗੀ ਵਿੱਚ ਉੱਭਣ ਸਮੇਂ ਅੱਗ ਵਿੱਚ ਸੜਨ ਸਮੇਂ ਜਦੋਂ ਇੱਕ ਪਾਸੇ ਅਹੁਦੇ ਤਿਮਰਾਤ ਦੇ ਔਰ ਬੇਸ਼ਤਾਂ ਤੇ ਹੂਰਾਂ ਦੇ ਲਾਲਚ ਦੂਜੇ ਪਾਸੇ ਕੁਰਬਾਨੀ ਸੀ ਗੁਰੂ ਕੇ ਪਿਆਰੇ ਲਾਲਚ ਵਿੱਚ ਨਾ ਫਸੇ ਮੌਤੋਂ ਨਾ ਡਰੇ ਮਹਾਨ ਸ਼ਹਾਦਤ ਪ੍ਰਾਪਤ ਕੀਤੀ ਉਸ ਸਮੇਂ ਗੱਜ ਵੱਜ ਕੇ ਨਾਰਾ ਲਾਇਆ ਸੀ ਉਹ ਆਪਾਂ ਦੋ ਵਾਰੀ ਬੋਲ ਲਈਏ ਤੇ ਫਿਰ ਬਹੁਤੀ ਇਕਾਗਰਤਾ ਹੋਵੇਗੀ। ਕੁਛ ਮਿੰਟਾਂ ਵਾਸਤੇ ਫਿਰ ਬੇਨਤੀ ਕਰਕੇ ਮਹਾਤਮਾ ਵਾਲੀ ਉਹ ਪੌੜੀ ਆਪਾਂ ਚੜ ਕੇ ਅੱਜ ਵੇਖ ਲਈਏ ਉਹ ਕਿੰਨੀ ਵੱਡੀ ਉੱਚੀ ਸੁੱਚੀ ਹੈ ਕਿਉਂਕਿ ਮਹਾਤਮਾ ਦਾ ਜੋੜ ਮੇਲਾ ਹੈ। ਇਸ ਵਾਸਤੇ ਉਹ ਨਾਰਾ ਪਹਿਲਾਂ ਲਾਓ ਬਹੁਤੇ ਚਿਤ ਇਕਾਗਰ ਜਿਸ ਕਰਕੇ ਹੋ ਜਾਣ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਹੁਣ ਉਸੇ ਪੌੜੀ ਤੇ ਚੜ੍ਹਨਾ ਫਿਰ ਸ਼ੁਰੂ ਕਰੀਏ ਜੋ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਟ ਭਾਗੀ ਪਾਏ। ਮਨ ਵਿੱਚ ਚੰਗੀ ਇੱਛਾ ਕੇ ਤੀਰਥ ਯਾਤਰਾ ਕਰਨੀ ਹੈ ਸੋਹਣੀ ਵਿਚਾਰ ਕੇ ਔਗੁਣਾਂ ਦਾ ਤਿਆਗ ਔਰ ਗੁਣਾਂ ਨੂੰ ਗ੍ਰਹਿਣ ਕਰਨਾ ਹੈ ਦੁਨਿਆਵੀ ਖਾਹਿਸ਼ਾਂ ਤੇ ਵਾਸ਼ਨਾ ਮੇਟ ਲੈਣੀਆਂ ਹਨ ਇਹ ਤੀਸਰਾ ਡੰਡਾ ਆਪਾਂ ਚੜ੍ਹ ਚੁੱਕੇ ਸੀ। ਚੌਥਾ ਸਤ ਸਰੂਪ ਤੇ ਗਿਆਨ ਦੀ ਪ੍ਰਾਪਤੀ ਕਰਕੇ ਅਗਿਆਨ ਦਾ ਹਨੇਰਾ ਦੂਰ ਹੋ ਚੁੱਕਾ ਸੀ। ਸੋ ਪੰਜਵਾਂ ਹੈ ਅਸਮ ਸਕਤ ਮੋਹ ਔਰ ਹੰਕਾਰ ਇਹਦੀ ਨਿਵਰਤੀ ਹੋ ਜਾਣੀ ਲੋਭ ਮੋਹ ਹੰਕਾਰ ਕਿਤੇ ਨੇੜੇ ਨੇੜੇ ਵੀ ਨਾ ਆਉਣਾ ਇਹਨਾਂ ਸਾਰਿਆਂ ਦਾ ਤਿਆਗ ਹੋ ਜਾਣਾ ਇਹ ਰੱਬ ਦੇ ਪਿਆਰਿਆਂ ਦਾ ਇਹ ਰਸਤਾ ਹੈ ਬੜਾ ਔਖਾ ਹੈ। ਵਿਚਾਰ ਕੇ ਵੇਖੀਏ ਸ੍ਰਿੰਗੀ ਰਿੱਖ ਵਰਗੇ ਵੀ ਇਸ ਡੰਡੇ ਤੇ ਚੜ੍ਹਨ ਅੱਗੇ ਥਿੜਕ ਗਏ ਸਨ ਸੌਰ ਬ੍ਰਿਖੀ ਵਰਗੇ ਵੀ ਵਿਚਾਰੇ ਡਿੱਗ ਪਏ ਸਨ। ਕਾਲ ਨਾਹੀ ਯੋਗ ਨਾਹੀ ਨਾਹੀ ਸਤ ਕਾ ਢਾਬ
अनष्ट जग भ्रष्ट होए डूबता ए जग। मोह विशिष्ट मुनि जी भी फस गए सन, इस तरह हंकार ब्रह्मा जी भी फस गए सन, लोभ दे विच सो वड्डे वड्डे विश्वामित्र वर्गे फस के हरिचंद का बाग सूर बन के पटन लग पाए सन। सो इस वास्ते इस डंडे नूं चढ़ना बड़ा औखा है। सतगुरु कृपा करन तां भावें विकारां तों बचाउण, कुरीतियां कुरहतां तों बचाउण, सो हंकार ते मोह दी निवृत्ति हो जाणी। और छेवां डंडा है कि सारे पदार्थ मिथ्या झूठे ते अनहोए प्रतीत होंदे, खाश ही न रह जाणी, ना खान दी ना पीण दी ना पहन दी ना भोगण दी, ना सुन दी ना सुंघण दी ना छूण दी, इह चित विच इच्छा ही न रह जाणी। जिस अवस्था नूं कहा है हजूर सच्चे पातशाह जी ने, गुरु के प्यारे कहिंदे हन, राज न चाहो मुक्त न चाहो, मन प्रीत चरण कवलारे। राज दी भी इच्छा नहीं, स्वर्ग दियां मुक्तियां दी भी वैकुंठ दियां मुक्तियां दी भी इच्छा नहीं, वाहिगुरु तेरे चरण कमलों नाल एक प्रीति जुड़ जावे। ये छेवां डंडा है गुरु प्यारियो, जिथे राज भाग दी इच्छा तो भी उच्चे उठण, स्वर्ग दी प्राप्ति दी भी इच्छा नहीं, फिर अगे ब्रह्म ज्ञान दी प्राप्ति। ये सतवां डंडा ओ जेड़ा बाबा विधि चंद साहब जी प्राप्त सी, आई संगत यूपी दी बेनती कीती, जी हजूर सच्चे पातशाह संगत चेते कर दिया ने, अपने दर्शन बख्शो, देश दे के करो निहाल। हुक्म होया साडा ही रूप भाई विधि चंद जी हन, साडा जाना मुश्किल है, साडी थां ते इन्हां नूं लै जाओ, महान प्रचार ते उपदेश करनगे, उस इलाके विच सिक्खी फैलाउणगे, कुरीतियां दूर करनगे। सो खालसा जी, धन बाबा विधि चंद साहब इथों गढ़ गंगा जिले विच गए हन, उथे पहुंच करके सुंदर शाह वर्गे नूं किड्डा वड्डा भारी उपदेश दिता और सारे इलाके विच गुरसिखी फैलाई। ए ब्रह्म ज्ञान दी अवस्था किसे किसे रब दे प्यारे नूं है जो वाहिगुरु विच अभेद हन। हुण असीं विचार के वेखिए कि आपां किहड़े डंडे ते चढ़े हां, ये आपां नूं पौड़ी नहीं हुण तक लंबी, जिन्हां ने गुरु का अमृत ही नहीं छकिया, जेड़े गुरु वाले ही नहीं बड़े, जेड़े सिखी विच त्यार पर त्यार ही नहीं होए, जिन्हां शराबां नहीं छड़ियां, जेड़े चोरी यारी ठगी तो नहीं बचे, जेड़े दाड़ी केस मुन्नणों नहीं हटे, जेड़े कवर मड़ी मठ भूत प्रेत जंत्री मंत्री दी उपासना तो नहीं हटे, जेड़े देह तारी पखंडियां दे केचा तो नहीं हटे, उन्हां विचारन हुण तक ये रस्ता लंबा ही नहीं, पौड़ी दा नहीं पता लगा। इस वास्ते जो हुण तक नहीं पता लगा, भाई सतगुरु जी दे पासे रस्ता पुछ के तुसानू जाना चाहिदा है, धारण करना चाहिदा है। हुक्म हो रहा स्टेज वालों, गुरमुख प्यारियो के खंडे बाटे दा मुख छको, गुरु का जहाज तैयार है, चढ़ो संसार समुद्र पार हो, श्वेत प्रवाह दे अमृत छको। भाई डले नु सचखंड विच तां जगह मिली जो डल सिंह बनिया, भाई शमीर वर्गिया ने 84 दा गेड़ा तां कटिया गया जी अमृत छक के शमीर सिंह बने। सो भाई दयाल दास चौथे पातशाह तुम्हारे साए हुए भाई आदम जिन्हां दे घर दे विच भाई भगतू पैदा होया, उस वंश दे भाई दयाल दास दा लंगर नहीं प्रवान दसम पातशाह जी ने किया, जदों ने अमृत छक के दयाल सिंह बनिया तां उसका लंगर प्रवान होया। इस वास्ते गुरु के प्यारियो बड़ा सीधा पदरा रस्ता है, पंजा प्यारे तो खंडे दा अमृत छको, बाणी दे नित नेमी बनो, पंजा कारां दी रहत रखो, इशारा तेज गोल रेप जरसा दी निशानी, देख पराईयां चंगियां मावां भैणां धीआं जाणे। इसे तरह हथ विच कड़ा, इन्हां बाहां दे नाल झूठे अंगूठे झूठे दस्खत नहीं करने, गुरु घर दी सेवा देश कौम ते पंथ दी सेवा इन्हां हथां नाल करनी, गुरु दीआं बाहां बन जांदीआं ने। इसे तरह कृपान गात्रे पैर के दुर्म दा नाश धर्म दी रक्षा करनी, इसे तरह सिर तो लैके पैरां तक ये साडे केस दाड़ा रोम सब इको जे ने, किसे थां घसाउणे पटाउणे मनाउणे अत्यंत मना हन। एक बेनती कर लगा हां, सो क्योंकि इस इलाके विच उस मेरी बेनती तो बाद अज सभा मिलिया है, बाई असू बाबा बुढ़ा जी दी पीड 3 लख दा इकट्ठ, एक बेनती कीती सी ते बहुत लोकां ने कई तरह दे उस तों संकल्प पैदा उन्हां दे मन विच होए सन। कोई कहिंदा सी करतार सिंह श्रोमणी कमेटी दा प्रधान बन जावेगा, कोई कहिंदे सी अकाली दल दा प्रधान बन लगा है, कोई कहिंदे सी ए राजनीति विच कुद पिया है। एक बयान दिता सी, दो थावां ते बयान दिता सी,
एक श्री नानक मते यूपी दे विच दिवाली वाली रात 2 लाख दे इकट्ठ विच एक इत्थे बाबा बुड्ढा जी दी भीड़ क्या सी कि अज जो खालसे नूं पुरख बनाया जा रहा है सुनता कीतियां जा रहियां ने मैं इसका सख्त विरोध करदा क्या सी कि मीसा ते GIR जो लाउणी है बेशक मेरे ते लाओ पर अज खालसा कौम नूं पगड़ पगड़ के जिहड़ा हिंजड़े बनाया जा रहा है बिना ही काम तो जबरदस्ती पगड़ पगड़ के नसबंदी की जा रही है इस ते सख्त विरोधी हां क्योंकि ए रोमा दी बेदबी एक वड्डी भारी बजर कुरैत है जिस नूं करके सिंह सिंह नहीं रह जांदा पतत हो जांदा है दोबारा अमृत छकना पैंदा तरखाल होनी पैंदी है ए जो अत्याचार ते जुल्म हो रहा है मैं इस ते सख्त विरुद्ध हां उस मौके ते संगत ने जे कारे बुलाए सन बहुत लोगों ने कई तरह के अनुमान लाए ਯਾਰਾ ਮੈਂ ਵੀ ਕਰ ਲਿਆ ਸੀ ਸਿੰਘਾਂ ਨੂੰ ਕਹਿ ਦਿੱਤਾ ਸੀ ਜੇ ਅੱਗੇ ਭਾਈ ਠਾਕਰ ਸਿੰਘ ਜਥੇ ਦਾ ਜਥੇਦਾਰ ਤੇ ਮੈਂ ਹੁਣ ਚੱਲਾਂਗਾ ਹੱਥਕੜੀ ਲਵਾ ਕੇ ਪ੍ਰਤੱਖ ਗੱਲ ਕਰ ਲਈ ਸੀ ਪਰ ਗੁਰੂ ਪਿਆਰਿਓ ਜਦੋਂ ਕੌਮ ਤੇ ਵਿਪਤਾ ਪਈ ਹੋਵੇ ਜੇ ਉਸ ਮੌਕੇ ਤੇ ਵੀ ਨਹੀਂ ਬੋਲਣਾ ਜੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਨਹੀਂ ਬੋਲਣਾ ਤਾਂ ਫਿਰ ਆਗੂ ਲੀਡਰ ਪ੍ਰਚਾਰਕ ਮਹਾਤਮਾ ਸੰਤ ਕਹਾਉਣਾ ਇਹ ਬਹੁਤ ਬੜਾ ਭਾਰੀ ਇਹ ਮਾੜੀ ਗੱਲ ਹੈ ਨਹੀਂ ਕਹਾਉਣਾ ਚਾਹੀਦਾ ਅੰਦਰ ਲੁਕ ਕੇ ਬਹਿ ਜਾਣਾ ਚਾਹੀਦਾ ਸੋ ਅੱਜ ਵੀ ਮੈਂ ਉਹੀ ਬੇਨਤੀ ਕਰਦਾ ਹਾਂ ਅੱਜ ਮਤਾਂ ਕੋਈ ਖਿਆਲ ਕਰੇ ਕਿ ਅੱਜ ਰੇਡੀਓ ਤੋਂ ਕੋਈ ਖਬਰਾਂ ਆ ਗਈਆਂ ਨੇ ਸ਼ਾਇਦ ਉਹਨਾਂ ਵੱਲ ਵੇਖ ਕੇ ਕਿ 6 ਵਜੇ ਅੱਜ ਐਮਰਜੈਂਸੀ ਟੁੱਟ ਗਈ ਹੈ ਤਾਂ ਇਹ ਗੱਲ ਹੋ ਰਹੀ ਹੈ ਨਹੀਂ ਜਦੋਂ ਐਮਰਜੈਂਸੀ ਜੋਬਨ ਤੇ ਸੀ ਬੜੀ ਜਵਾਨੀ ਤੇ ਸੀ ਉਸ ਮੌਕੇ 22 ਅੱਸੂ ਵਾਲਾ ਦਿਨ ਅੱਜ ਤੋਂ ਤਕਰੀਬਨ 6 ਮਹੀਨੇ ਪਹਿਲਾਂ 3 ਲੱਖ ਦੇ ਇਕੱਠ ਵਿਚ ਬਾਬਾ ਖੜਕ ਸਿੰਘ ਜੀ ਦੇ ਕੋਲ ਬੈਠਾ ਇਹ ਵਿਚਾਰ 1 ਘੰਟੇ ਵਿਚ ਮੈਂ ਪ੍ਰਗਟ ਕੀਤੇ ਸੀ ਬੇਨਤੀ ਕੀਤੀ ਸੀ ਕਿ ਜੇ ਕੌਮ ਤੇ ਵਿਪਤਾ ਹੈ ਆਪਣੇ ਆਪ ਤੇ ਅਸੀਂ ਵਿਪਤਾ ਉਸ ਨੂੰ ਜਰਮ ਤਿਆਰ ਇਹ ਨਹੀਂ ਕਦੇ ਵੀ ਹੋਵੇਗਾ ਕਿ ਜ਼ਬਰਦਸਤੀ ਸਿੰਘਾਂ ਨੂੰ ਪਗੜ ਪਗੜ ਕੇ ਇਹਨਾਂ ਦੇ ਰੋਮਾਂ ਦੀ ਬੇਅਦਬੀ ਕਰ ਕਰਕੇ ਸੁਣਤਾ ਕਰ ਕਰਕੇ ਇਹਨਾਂ ਨੂੰ ਹਿੰਜੜੇ ਕਰ ਸਿੱਟਿਆ ਜਾਵੇ ਇਹ ਬੜਾ ਅਤਿਆਚਾਰ ਪਾਪ ਹੈ ਭਾਈ ਨੰਦ ਲਾਲ ਨੂੰ ਹਜ਼ੂਰ ਨੇ ਕਿਹਾ ਸੋ ਖਲਕ ਖਾਲਕ ਕੀ ਜਾਣ ਕੇ ਖਲਕ ਦੁਖਾਵੈ ਨਾਹੇ ਖਲਕ ਦੁਖੇ ਨੰਦ ਲਾਲ ਜੀ ਖਾਲਕ ਕੋ ਪੈਦਾ ਹੈ ਇਹ ਦੁਨੀਆਂ ਵਾਹਿਗੁਰੂ ਦੀ ਜਾਣ ਕੇ ਦੁਨੀਆਂ ਨੂੰ ਨਾ ਤੰਗ ਕਰੋ ਜੇ ਦੁਨੀਆਂ ਨੂੰ ਦੁੱਖ ਦਿਓਗੇ ਤਾਂ ਰੱਬ ਗੁੱਸੇ ਹੋ ਜਾਵੇਗਾ ਜਦੋਂ ਰੱਬ ਗੁੱਸੇ ਹੋ ਗਿਆ ਤਾਂ ਪਿੜ ਪੱਲੇ ਕੁਛ ਨਹੀਂ ਰਹਿ ਜਾਵੇਗਾ ਇਸ ਵਾਸਤੇ ਗੁਰੂ ਪਿਆਰਿਓ ਅੱਜ ਵੀ ਬੇਨਤੀ ਕਰਾਂ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਕਿਸੇ ਥਾਂ ਵੀ ਕਿਸਾਂ ਨੂੰ ਦਾੜੇ ਨੂੰ ਕੋਰੋਮਾ ਨੂੰ ਮਨਾਉਣਾ ਇਹ ਅਤਿਅੰਤ ਪਾਪ ਹੈ ਗੁਰੂ ਕੇ ਸਿੱਖ ਵਾਸਤੇ ਇਹ ਬੜਾ ਪਾਪ ਹੈ ਇਹ ਸਿੱਖੀ ਨੂੰ ਵੱਡਾ ਕਲੰਕ ਹੈ ਮੁਸਲਮਾਨ ਇੰਨੀ ਤਾਂ ਗੱਲ ਕਹਿੰਦੇ ਸੀ ਜੇ ਤੁਸੀਂ ਦਾੜੀ ਮਨਾ ਲਓ ਕੇਸ ਮਨਾ ਲਓ ਤਾਂ ਅਹੁਦੇ ਲਓ ਮੁਰਾਤਵੇ ਲਓ ਮਰ ਕੇ ਬਿਸ਼ਤ ਲਓ ਹੂਰਾ ਲਓ ਪਰ ਇਹ ਸਿੱਖੀ ਨਾਮ ਹੀ ਦਾੜੇ ਤੇ ਕੇਸਾਂ ਦਾ ਹੈ ਗੁਰੂ ਪਿਆਰਿਓ ਇਹ ਸਿੱਖੀ ਨੂੰ ਕਲੰਕ ਨਾ ਕਰੋ ਬੜੇ ਮਹਿੰਗੇ ਪਾਏ ਸਿੱਖੀ ਲਈ ਹੈ ਕੁਛ ਵਿਚਾਰ ਕਰੋ ਕੁਛ ਖਿਆਲ ਕਰੋ ਆਪਣੇ ਚਿੱਤ ਵਿਚ ਇਹ ਜਿਹੜਾ ਸੋਹਣਾ ਬਣ ਬਣ ਕੇ ਤੁਸੀਂ ਆਪਣੇ ਆਪ ਨੂੰ ਵੇਖਦੇ ਜੇ ਇਹ ਸ਼ਾਇਦ ਦਾੜੀ ਮੁੱਲ ਕੇ ਸੋਹਣੇ ਬਣ ਕੇ ਨਹੀਂ ਭਰਾਓ ਉਹ ਜੇ ਬਣ ਗਏ